ਅਸਲਾਮ ਅਲੈਕਮ। ਹਾਂ ਜੀ, ਕੀ ਹਾਲ ਚਾਲ ਹੈ? ਠੀਕ ਹੋ? ਲਓ ਜੀ, ਮੇਲਾ ਭੱਖ ਗਏ ਆ। ਠੀਕ ਹੈ ਜੀ, ਜਿਕਣ ਮਿਆਣੀ ਪਿੰਡੀ ਦਾ ਮੇਲਾ ਨਹੀਂ ਭੱਖਦਾ ਉਸ ਤਰ੍ਹਾਂ ਮੇਲਾ ਭੱਖ ਗਏ ਆ। ਦੁਕਾਨਾਂ ਸ਼ਕਾਨਾਂ, ਟਿੱਕੀਆਂ, ਪਕੌੜੇ, ਜਲੇਬੀਆਂ, ਹਰ ਚੀਜ਼ ਮੱਛਰ ਗਈ ਹੈ। ਅਤੇ ਹੁਣ ਤੁਹਾਨੂੰ ਤਫਸੀਲੀ ਵੀਡੀਓ ਜਿਹੜੀ ਹੈ ਸ਼ੇਅਰ ਕਰਨੇ ਆ ਤੁਹਾਡੇ ਨਾਲ ਮੇਲੇ ਦੀ। ਅਤੇ ਵਾਹਵਾ ਰਸ਼ ਵੀ ਕਾਫੀ ਹੈ, ਕੁਝ ਹੈ ਵੀ ਵੀਕਐਂਡ ਹੈ ਨਾ, ਅਤੇ ਕਾਫੀ ਰਸ਼ ਆ ਪਿੱਛੇ ਹੁਣ ਸਾਰੀਆਂ ਦੁਕਾਨਾਂ ਨੇ। ਅਤੇ ਇਨਸ਼ਾਲਾ ਉਹ ਹੰਦਰਾ ਤੁਹਾਨੂੰ ਖਾਂਦੇ ਹਾਂ ਕੀ ਸੂਰਤ ਹਾਲ ਬਣੀ ਹੈ ਮੇਲੇ ਦੀ। ਹਰ ਕਿਸਮ ਦੇ ਸਟਾਲ ਲੱਗੇ ਹੋਏ ਨੇ। ਟਾਈਮ ਪੀਸ ਕਈ ਦੇ ਬਣੇ ਨੇ, ਵੇਖੋ ਆ ਘੜੀਆਂ ਨੇ। ਬੜਾ ਜ਼ਬਰਦਸਤ ਮੇਲਾ ਲੱਗਿਆ ਜੀ। ਰਸ਼ ਵੇਖੋ ਜੀ, ਤੋੜ ਅਗਾਂਹ ਤੱਕ ਖੁਦਾਈ ਖੁਦਾਈ, ਅਤੇ ਦੁਕਾਨਾਂ ਹੀ ਦੁਕਾਨਾਂ ਨੇ। ਮਿੱਠੇ ਕੇਕ ਸ਼ੇਕ ਵਾਲਾ ਰੈਸਟੋਰੈਂਟ ਬਣੇ ਹੈ। ਦੇਖੋ ਹਾਂ ਜੀ, ਗਿਰੀ ਇਹ ਅਜੇ ਪਕੌੜੇ ਪੇ ਨਿਕਲਦੇ, ਚਿਪਸ ਵੇਖੋ ਨਾ, ਪਕੌੜੇ ਆਲੂ ਹੀ ਆਲੂ ਪਏ ਨੇ। ਰਸ਼ ਵੀ ਕਾਫੀ ਹੈ। ਬੜੀ ਗਹਿਮਾ ਗਹਿਮੀ ਬਣੀ ਹੈ ਜੀ, ਬੜੀ ਰੌਣਕ ਬਣੀ ਹੈ। ਵੇਖੋ ਹਾਂ ਛਾਪਾਂ, ਹਰ ਕਿਸਮ ਦੀਆਂ ਦੁਕਾਨਾਂ ਲੱਗੀਆਂ ਨੇ। ਮਨਿਆਰੀ, ਜਲੇਬੀਆਂ, ਪਕੌੜੇ, ਹੈਂ ਜਿੱਕਣ ਸਾਡੇ ਵੀ ਉੱਥੇ ਮੇਲਿਆਂ 'ਤੇ ਲੱਗਦੀਆਂ ਨੇ। ਸਹੀ ਮੇਲਾ ਬੰਨ ਕੇ ਮੇਲਾ ਲਾਏ ਹਨ। ਤੁਹਾਨੂੰ ਜ਼ਰਾ ਦੂਜੀ ਸਾਈਡ ਤੋਂ ਵੀ ਉਹ ਵਹਾਨੇ ਆ। ਇੱਧਰ ਵੇਖੋ, ਇਹ ਵੀ ਦੁਕਾਨਾਂ ਲੱਗੀਆਂ ਨੇ। ਠੀਕ ਹੈ ਜੀ, ਇਹ ਨਾਲ ਦੂਸਰੀ ਸਾਈਡ ਹੈ, ਰੋਡ ਸੀ, ਰੋਡ ਬੰਦ ਕੀਤੀ ਨੇ ਤਾਂ ਉਹਦੇ 'ਤੇ ਦੁਕਾਨਾਂ ਲੱਗੀਆਂ। ਵੇਖੋ ਜੀ ਚੁੱਲ੍ਹਾ, ਇਹ ਬਾਰਬੀਕਿਊ ਕਿਉਂ ਹੁੰਦਾ ਗੋਸ਼ਤ, ਕਿਹੜਾ ਵੱਡਾ ਚੁੱਲ੍ਹਾ ਉਹਦੇ ਉੱਤੇ। ਕਿਆ ਬਾਤ ਹੈ, ਕਿੱਡੇ ਕਿੱਡੇ ਉਹਨੇ ਪੀਸ ਕੱਟ ਕੇ ਨਾ ਉੱਤੇ ਭਰੇ ਨੇ, ਥੱਲੇ ਕੋਲੇ ਬਲੇ ਨੇ, ਕੋਲਿਆਂ 'ਤੇ ਪੱਕ ਰਿਹਾ ਬਾਰਬੀਕਿਊ ਹੋ ਰਿਹਾ। ਉਹ ਸਾਹਮਣੇ ਵੀ ਇੱਕ ਉਹਨਾਂ ਕੋਲਿਆਂ ਵਾਲੀ ਲਾਈ ਭੱਠੀ, ਉਹਦੇ ਵਿੱਚ ਮੁਰਗੀ ਧਰੀ ਹੈ।
ਔਰ ਜਿਹੜੀ ਐਂ ਦੀ ਚੀਜ਼ ਬਣਦੀ ਹੈ ਨਾ ਕੋਲਿਆਂ ਛੋਲਿਆਂ 'ਤੇ ਉਹ ਬੜੀ ਮਹਿੰਗੀ ਵੇਚਦੇ ਨੇ ਉਹ ਬੜੀ ਮਹਿੰਗੀ ਹੁੰਦੀ ਹੈ ਲਓ ਹਾਂਜੀ ਬੈਂਡਾਂ ਵਾਲੇ ਵੀ ਆ ਗਏ ਨੇ ਉਹ ਵੀ ਭੌਂ ਝੂੰ ਰਹੇ ਨੇ ਲਓ ਜੀ ਮੂਹਰੇ ਵਾਲਾ ਰੈਸਟੋਰੈਂਟ ਆ ਵੇਖੋ ਮੂਹਰੇ ਡਾਏ ਨੇ ਮੂਹਰਿਆਂ ਦੇ ਲੋਕ ਬੈਠੇ ਨੇ ਤੇ ਕਾਵਾ ਪੀ ਰਹੇ ਨੇ ਹਰ ਕਿਸਮ ਦੀ ਵਰਾਇਟੀ ਆਈ ਹੈ ਵੀ ਰੈਸਟੋਰੈਂਟ ਹੈ ਇਹ ਵੀ ਉਹ ਕੁਛ ਆ ਪਕਾ ਰਹੇ ਨੇ ਗੋਸ਼ਤ ਕੋਲਿਆਂ ਦੇ ਵੇਖਿਆ ਜੀ ਲਓ ਜੀ ਬਾਜੇ ਵਾਲੀ ਪਾਰਟੀ ਆ ਗਈ ਹੈ ਬਾਜੇ ਸ਼ੁਰੂ ਹੋ ਗਏ ਨੇ ਬੱਜਣੇ ਤਰਸ 'ਚ ਵਾਜੇ ਵੱਜ ਰਹੇ ਨੇ ਜੀ ਇਹ ਜੇ ਜਣੇ ਚੰਗੀ ਲਿਬਾਸ ਪਾ ਕੇ ਤਲਵਾਰਾਂ ਲੈ ਕੇ ਪਾਉਂ ਰਹੇ ਏਰਤਗੁਲ ਬਣੇ ਆ ਜੀ ਲਓ ਜੀ ਆ ਗਏ ਨੇ ਅਰਤਗੁਲ